ਜੇ ਜਿੱਦੀ ਤਰੀਕੇ ਦੇ ਨਾਲ ਹੋ ਰਹੇ ਆ ਪਾਣੀ ਲੱਗ ਰਿਹਾ ਫਸਲ ਨੂੰ ਇਹ ਸੁੱਖੇ ਜੇ ਦੇ ਕੋਲ ਫਾਰਮ ਨੇ ਮੇਰੇ ਖਿਆਲ ਨਾਲ ਮੀਆਂ ਮਾਸ਼ਾ ਸਾਹਿਬ ਦੇ ਫਾਰਮ ਨੇ ਬਹੁਤ ਵੱਡਾ ਫਾਰਮ ਹੈ ਮਾਸ਼ਾਅੱਲਾ ਇਹਨਾਂ ਦਾ ਉਹਦੀ ਮਸ਼ੀਨਰੀ ਦੇਖ ਰਹੇ ਹੋ ਤੁਸੀਂ ਮਾਸ਼ਾਅੱਲਾ ਜ਼ਰਾਇਤ ਕਰ ਰਹੇ ਨੇ ਜਿੱਦੇ ਦੇ ਨਾਲ ਇਹ ਟੈਂਕੀਆਂ ਪਈਆਂ ਨੇ ਅਤੇ ਨਾਲ ਮੋਟਰ ਲੱਗੀ ਹੈ ਨਾਲ ਟਾਇਰ ਲੱਗੇ ਨੇ ਥੱਲੇ ਥੋੜ੍ਹੇ ਥੋੜ੍ਹੇ ਉਹਨੂੰ ਇਹ ਬੰਦਾ ਫਿਰ ਰਿਹਾ ਉਹਨੂੰ ਸਿਸਟਮ ਨੂੰ ਚਲਾ ਰਿਹਾ ਜਿੰਨਾ ਕੁ ਪਾਣੀ ਚਾਹੀਦਾ ਹੁੰਦਾ ਉਸ ਹਿਸਾਬ ਨਾਲ ਮਿਹਨਤ ਕਰ ਰਹੇ ਨੇ ਮਾਸ਼ਾਅੱਲਾ ਜੀ ਬੜਾ ਅੱਛਾ ਨਿਜ਼ਾਮ ਹੈ ਬੰਦੇ ਹਲਾਲ ਹੋ ਜਾਂਦੇ ਨੇ ਪਾਣੀ ਲਾ ਲਾ ਕੇ ਇਹ ਲਿਆ ਅਤੇ ਉਹ ਲਿਆ ਉਹਦਾ ਇਹ ਫਾਇਦਾ ਟੈਂਕੀਆਂ ਪਈਆਂ ਹਨ ਵਿੱਚ ਹੀ ਉਹਨਾਂ ਨੇ ਖਾਦ ਪਾ ਦੇਣੀ ਵਿੱਚ ਹੀ ਦਵਾਈ ਸ਼ਵਾਈ ਸਿਸਟਮ ਸਾਰਾ ਹੋ ਜਾਂਦਾ ਇਹ ਮਸ਼ੀਨਾਂ ਲੱਗੀਆਂ ਪਰਲੀ ਸਾਈਡ 'ਤੇ ਕਿਤੇ ਗੱਡੀ ਮੈਂ ਸਾਈਡ 'ਤੇ ਕਰਨਾ ਮੈਂ ਇਹ ਵੇਖੋ ਉਹ ਨਜ਼ਰ ਆ ਰਹੇ ਨੇ ਤੁਹਾਨੂੰ ਵੀ ਉਸ ਉਹ ਸਿਸਟਮ ਹੈ ਵੀ ਮਸ਼ੀਨਾਂ ਚੱਲ ਰਹੀਆਂ ਨੇ ਪਾਣੀ ਲੱਗ ਰਿਹਾ ਉਹ ਓਪਰੇਟਰ ਨਾਲ ਹੀ ਹੈ ਜਦੋਂ ਥੋੜ੍ਹਾ ਜਿਹਾ ਕੋਈ ਪਾਣੀ ਜਿਸ ਮੁਕੰਮਲ ਹੋ ਜਾਣਾ ਉਹਨਾਂ ਨੇ ਬਟਨ ਪ੍ਰੈਸ ਕਰਨਾ ਅਤੇ ਨਾਲ ਹੀ ਮਸ਼ੀਨਾਂ ਨੇ ਅਗਾਂਹ ਨਿਕਲ ਜਾਣਾ ਥੋੜ੍ਹਾ ਜਿਹਾ ਹੁਣ ਦੇਖ ਰਹੇ ਹੋ ਤੁਸੀਂ ਬਹੁਤ ਵੱਡਾ ਅਤੇ ਬੜਾ ਜਦੀਦ ਫਾਰਮ ਬੜੀ ਅੱਛੇ ਤਰੀਕੇ ਨਾਲ ਜ਼ਿੰਮੇਦਾਰ ਹੁੰਦਾ ਇਸ ਤਰੀਕੇ ਨਾਲ ਇੱਕ ਤਾਂ ਪਾਣੀ ਬਹੁਤ ਘੱਟ ਕੰਮ ਜਿਹੜਾ ਨਾ ਜ਼ਾਇਆ ਹੁੰਦਾ ਅਤੇ ਦੂਸਰਾ ਜਿੰਨਾ ਕੁ ਪਾਣੀ ਚਾਹੀਦਾ ਫਸਲ ਨੂੰ ਓਨਾ ਕੁ ਪਾਣੀ ਲਗਾਉਂਦੇ ਨੇ ਉਹ ਹੁਣ ਮੈਂ ਮੋਟਰਵੇ ਉੱਤੇ ਹਾਂ ਅਤੇ ਆਹ ਨੀਚੇ ਆਹ ਰੁਲਵਾੜ ਨਜ਼ਰ ਲੱਗ ਆ ਰਹੀ ਆ ਲਈ ਪਰ ਜਾ ਸਕਦੇ ਨਹੀਂ ਆ ਫਸਲ ਪਤਾ ਨਹੀਂ ਕਿਹੜੀ ਹੈ ਬਹਰਹਾਲ ਫਾਰਮਿੰਗ ਮਾਸ਼ਾਅੱਲਾ ਬਹੁਤ ਅੱਛੀ ਮੈਨੂੰ ਬੜਾ ਪਸੰਦ ਆਇਆ ਕਿਉਂਕਿ ਕੋਈ ਵੀ ਤਰੀ ਕੰਮ ਹੁੰਦਾ ਉਹਦਾ ਤਰੀਕਾ ਹੀ ਹੁੰਦਾ ਕਿ ਉਹਨੂੰ ਅੱਛੇ ਤਰੀਕੇ ਨਾਲ ਮੈਨੇਜ ਕਰ ਕਰੋ ਉਹਦਾ ਫਾਇਦਾ ਤਾਂ ਹੀ ਹੁੰਦਾ ਅਤੇ ਜਿਹੜੇ ਬੇਤੁੱਕੇ ਕੰਮ ਹੁੰਦੇ ਨੇ ਉਹਦਾ ਫਾਇਦਾ ਵੀ ਬਹੁਤ ਕੰਮ ਹੁੰਦੇ ਨੇ ਇੱਧਰ ਹੀ ਮਸ਼ੀਨ ਦੇਖ ਲੱਗੀ ਇਹਨਾਂ ਦੀ ਮੈਂ ਜੀ ਇਸ ਟਾਈਮ ਮੋਟਰਵੇ 'ਤੇ ਹਾਂ ਦੋਸਤਾਂ ਵਾਸਤੇ ਵਲੌਗ ਬਣਾ ਰਹੇ ਹਾਂ ਇਹ ਦੇਖਦੇ ਮਸ਼ੀਨ ਖੜ੍ਹੀ ਹੈ ਬਾਕੀ ਇਹ ਉਹਨਾਂ ਖਿਲਾਰੀ ਕੰਮ ਨਹੀਂ ਕਰ ਰਹੇ ਗੱਡੀ ਸਾਈਡ 'ਤੇ ਲਾ ਲਾ ਜਿਹੜਾ ਤੁਹਾਨੂੰ ਅੱਛੇ ਅਤੇ ਤਫਸੀਲ ਨਾਲ ਦੱਸਦਾ ਸਾਰੀ ਇਹ ਦੇਖੋ ਜੀ ਇਹ ਨਜ਼ਰ ਆ ਰਹੀ ਮਸ਼ੀਨ ਉਹੀ ਉਹੀ ਸੇਮ ਸੋਰਸ ਉਹਦਾ ਵੀ ਟਾਇਰ ਲੱਗੇ ਨੇ ਦੋ ਇਸ ਅਤੇ ਨਾਲ ਸ਼ਾਵਰ ਲੱਗੇ ਨੇ ਜਿਹੜੀ ਲਾਈਨਾਂ ਨਜ਼ਰ ਆ ਢੋਲਾ ਆ ਰਹੀ ਹੈ ਨਾ ਸਰੀ ਹੈ ਬੜੇ ਨਜ਼ਰ ਆ ਰਹੇ ਨੇ ਇਹ ਬੇਸਿਕਲੀ ਪਾਈਪ ਨੇ ਪਾਈਪ ਲਾਈਨਾਂ ਨੇ ਅਤੇ ਨੀਚੇ ਨੋਜ਼ਲਾਂ ਲੱਗੀਆਂ ਉਹਨਾਂ ਦੇ ਠੀਕ ਹੈ ਇਹ ਮਸ਼ੀਨ ਦੀ ਲੈਂਥ ਕਾਫੀ ਲੰਮੀ ਹੈ ਉਹ ਟੈਂਕੀ ਤੋਂ ਨਜ਼ਰ ਆ ਰਹੀ ਨੀਲੇ ਕਲਰ ਦੀ ਉੱਥੇ ਤੱਕ ਮਸ਼ੀਨ ਦੀ ਲੈਂਥ ਹੈ ਉਹ ਟੈਂਕੀਆਂ ਦੇ ਵਿੱਚ ਹੀ ਉਹ ਪਾਉਂਦੇ ਨੇ ਮਿਕਸ ਕਰਕੇ ਕੋਈ ਜਿਹੜਾ ਫਰਟੀਲਾਈਜ਼ਰ ਵਗੈਰਾ ਨੇ ਦੇਖ ਰਹੇ ਹੋ ਉਸ ਤੱਕ ਮਸ਼ੀਨ ਦੀ ਲੈਂਥ ਹੈ ਜੀ ਮੀਆਂ ਮਨਸ਼ਾ ਸਾਹਿਬ ਦੇ ਫਾਰਮ ਮੇਰੇ ਖਿਆਲ ਨਾਲ ਉਹਨਾਂ ਦੇ ਫਾਰਮ ਨੇ ਇਸ ਜਗ੍ਹਾ ਇਸ ਸਾਈਡ 'ਤੇ ਉਹਨਾਂ ਦੇ ਫਾਰਮ ਹੈ ਹਨ ਉਹ ਪਰਾਂ ਛੱਡ ਹੈ ਬਾਕੀ ਕਨਫਰਮ ਨਹੀਂ ਫਾਰਮ ਕਿਹਦੇ ਨੇ ਆ ਜਿਹਦੇ ਵੀ ਹੈ ਨੇ ਮਾਸ਼ਾਅੱਲਾ ਜੀ ਬੜੇ ਅੱਛੇ ਨੇ ਅੱਲਾ ਪਾਕ ਇਹਨਾਂ ਦਾ ਕੰਮ 'ਚ ਹੋਰ ਮਜ਼ੀਦ ਤਰੱਕੀ ਦੇਵੇ ਉਹਨਾਂ ਦਾ ਕੰਮ ਅੱਛੇ ਤਰੀਕੇ ਨਾਲ ਚੱਲਦਾ ਰਹੇ
ਦੋਸਤੋ ਅੱਜ ਦਾ ਵਲੌਗ ਸਾਡਾ ਇਖਤਤਾਮ ਪਜ਼ੀਰ ਹੋਇਆ ਮਿਲਾਂਗੇ ਇਨਸ਼ਾਅੱਲਾ ਨੈਕਸਟ ਵਲੌਗ ਕਿਸੇ ਨਵੇਂ ਵੀਡੀਓਜ਼ ਨਾਲ ਅਸਲਾਮ ਅਲੈਕੁਮ